ਅੱਜ ਅਸੀਂ ਦੋ ਐਸੋਸੀਏਸ਼ਨਾਂ ਬਣਾਈਆਂ ਸੀਗੀਆਂ ਪਾਤਰਾਂ ਸ਼ਹਿਰ ਚੋਂ। ਪਹਿਲਾਂ ਅਸੀਂ ਆੜ੍ਹਤੀ ਐਸੋਸੀਏਸ਼ਨ, ਉਹਨਾਂ ਨਾਲ ਮੀਟਿੰਗ ਕੀਤੀ ਹੈ ਅਤੇ ਉਹਨਾਂ ਨਾਲ ਅਸੀਂ ਇਹੀ ਕਿਹਾ ਵੀ ਹੁਣ ਜਿਹੜਾ ਸੀਜ਼ਨ ਆਪਣਾ ਸਟਾਰਟ ਹੋ ਗਿਆ ਹੈ ਇਹਦੇ 'ਚ ਇੱਕ ਤਾਂ ਜਿਹੜਾ ਕੈਸ਼ ਦਾ ਲੈਣ ਦੇਣਾ ਹੈ ਉਹ ਤੋਂ ਗਰੇਜ਼ ਕਰੋ, ਬੈਂਕਾਂ ਰਾਹੀਂ ਹੋ ਜਾਵੇ। ਅਨਾਜ ਮੰਡੀਆਂ 'ਚ ਕਿਉਂਕਿ ਅਨਾਜ ਪਿਆ ਉੱਥੇ ਵੀ ਚੌਂਕੀਦਾਰ ਵੀ ਰੱਖੇ ਜਾਣ, CCTV ਕੈਮਰੇ ਲਗਾਏ ਜਾਣ, ਕਿਸੇ ਤਰ੍ਹਾਂ ਦੀ ਕੋਈ ਲੁੱਟ ਖੋਹ ਦੀ ਜਾਂ ਕੋਈ ਚੋਰੀ ਦੀ ਘਟਨਾ ਨਾ ਵਾਪਰੇ, ਉਹਨੂੰ CCTV ਕੈਮਰੇ ਵਾਸਤੇ ਸਾਰੇ ਆੜ੍ਹਤੀਆਂ ਨੂੰ ਇਹ ਅਸੀਂ ਰਿਕੁਐਸਟ ਕੀਤੀ ਹੈ। ਕਾਫੀ ਹੱਦ ਤੱਕ ਲਵਾਏ ਵੀ ਹੋਏ ਨੇ, ਕੁਛ ਫੜਾਂ ਦੇ ਵਿੱਚ ਚੌਂਕੀਦਾਰ ਨਹੀਂ ਹੈਗੇ, ਕੁਛ ਫੜਾਂ 'ਚ ਹੈਗੇ ਨੇ, ਕੁਛ 'ਚ ਨਹੀਂ ਹੈਗੇ। ਉਹ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ 1.5-2 ਮਹੀਨੇ ਲਈ ਚੌਂਕੀਦਾਰ ਰੱਖ ਲਓ, ਕੋਈ ਫਰਕ ਨਹੀਂ ਪੈਂਦਾ। ਉਹ ਵੀ ਉਹ ਐਗਰੀ ਹੋ ਗਏ ਨੇ ਇਸ ਗੱਲ 'ਤੇ। ਕਰਿਆਨਾ ਐਸੋਸੀਏਸ਼ਨ ਜਿਸਨੇ ਉਹਨਾਂ ਦੀ ਮੀਟਿੰਗ ਸੱਦੀ ਹੈ, ਉਹਨਾਂ ਨੂੰ ਕਰਿਆਨਾ ਐਸੋਸੀਏਸ਼ਨ ਨੂੰ ਵੀ ਅਸੀਂ ਇਹ ਰਿਕੁਐਸਟ ਕੀਤੀ ਹੈ ਵੀ ਕੋਈ ਜਿਹੜੇ ਪਟਾਕੇ ਵਗੈਰਾ ਨੇ ਦਿਵਾਲੀ ਦੇ ਤਿਉਹਾਰ ਦੇ ਸੰਬੰਧ 'ਚ ਅੱਗੇ ਫੈਸਟੀਵਲ ਸੀਜ਼ਨ ਆ ਰਿਹਾ ਵੀ ਉਹ ਸਟੋਰ ਨਾ ਕੀਤੇ ਜਾਣ, ਪ੍ਰੋਪਰ ਜੋ ਪਰਮਿਸ਼ਨ ਲੈ ਕੇ ਹੀ ਜਿਹੜਾ ਆਪਾਂ ਰੱਖ ਸਕਦੇ ਹਾਂ, ਉਹ ਵੀ ਉਹ ਜੋ ਗਾਈਡਲਾਈਨਸ ਨੇ ਉਹ ਧਿਆਨ 'ਚ ਰੱਖ ਕੇ ਰੱਖ ਸਕਦੇ। ਤਿਉਹਾਰ ਦੇ ਸੰਬੰਧ 'ਚ ਇੱਕ ਤਾਂ ਮੇਨ ਗੱਲ ਤਾਂ ਇਹੀ ਹੈ ਵੀ ਪਟਾਕਿਆਂ ਦਾ ਕੋਈ ਸਟੋਰ ਨਾ ਹੋਣ ਜਾਂ ਕੋਈ ਇੱਥੇ ਤਿਆਰ ਨਾ ਕਰਦਾ ਹੋਵੇ ਇਲੀਗਲੀ। PCR ਹਾਂਜੀ, ਸਾਡੇ ਅਸੀਂ ਅੱਜ ਹੋਰ ਇੱਕ ਵਧਾ ਰਹੇ ਹਾਂ PCR, ਪਿੱਛੇ ਫੋਰਸਿਸ ਸ਼ੋਰਟੇਜ ਸੀਗੀ, ਅਸੀਂ ਹੋਰ ਵੀ ਸੀਨੀਅਰ ਅਫਸਰਾਂ ਨੂੰ ਰਿਕੁਐਸਟ ਕਰਕੇ ਕੁਛ ਮੁਲਾਜ਼ਮ ਹੋਰ ਲਗਾਵਾਂਗੇ। ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਰਸ਼ ਰਹਿੰਦਾ ਹੈ ਅਤੇ ਅਸੀਂ ਫੋਰਸ ਵਧਾਵਾਂਗੇ। ਜਿਹੜੀ ਗਸ਼ਤ ਵਧਾਉਣੇ ਅਸੀਂ ਪੈਟਰੋਲਿੰਗ ਵਗੈਰਾ ਚੈਕਿੰਗ ਵੀ ਵਧਾਈ ਜਾਊਗੀ ਨਾਕਾਬੰਦੀਆਂ ਕਰਕੇ, ਕਿਉਂਕਿ ਤਿਉਹਾਰਾਂ ਦਿਨਾਂ 'ਚ ਇਕੱਲਾ ਇਹੀ ਨਹੀਂ ਕੋਈ ਮਿਲਾਵਟੀ ਚੀਜ਼ਾਂ ਆਉਂਦੀਆਂ ਨੇ ਜਾਂ ਕੋਈ ਕਈ ਵਾਰ ਕੋਈ ਵਾਰਦਾਤ ਵੀ ਹੋ ਜਾਂਦੀ ਹੈ। ਲੋਕਾਂ ਨੂੰ ਅਪੀਲ ਤੁਹਾਡੀ? ਲੋਕਾਂ ਨੂੰ ਇਹੀ ਅਪੀਲ ਹੈ ਕਿ ਵੀ ਜਦੋਂ ਵੀ ਕਿਤੇ ਆਪਾਂ ਕਿਸੇ ਬੈਂਕ 'ਚ ਜਾਂਦੇ ਹਾਂ ਲੈਣ ਦੇਣ ਕੋਈ ਕਰਦੇ ਹਾਂ, ਪ੍ਰੋਪਰ ਇੱਕ ਜਣਾ ਨਾ ਜਾਓ, 2 ਜਣੇ ਜਾਓ। ਜਿਹੜਾ ਕੈਸ਼ ਵਗੈਰਾ ਹੈਗਾ ਉਹ ਪ੍ਰੋਪਰ ਆਪਦਾ ਕਿਸੇ ਪ੍ਰੋਪਰ ਢੰਗ ਨਾਲ ਕੈਰੀ ਕਰਕੇ ਜਾਓ। ਇਹ ਨਹੀਂ ਹੈਗਾ ਵੀ ਸਕੂਟਰ ਦੇ ਮੋਟਰਸਾਈਕਲ ਦੇ ਮੂਹਰੇ ਰੱਖ ਲਿਆ ਥੈਲਾ ਜਾਂ ਪਿੱਛੇ ਬੰਨ੍ਹਿਆ ਉਹ 'ਚ ਕੋਈ ਉਹ ਕੇ ਲੈ ਜਾਂਦੇ ਕੱਢ ਕੇ ਲੈ ਜਾਏ, ਕਿਸੇ ਗੱਡੀ 'ਚ ਰੱਖਿਆ ਹੋਇਆ ਤਾਂ ਉਹਨੂੰ ਲੋਕ ਕਰਕੇ ਚਲੇ ਜਾਂਦੇ ਨੇ, ਪਿੱਛੋਂ ਸ਼ੀਸ਼ਾ ਤੋੜ ਕੇ ਵੀ ਕੱਢ ਸਕਦਾ। ਇਸ ਕਰਕੇ ਵੀ ਜਿੱਥੇ ਕਿਤੇ ਕੈਸ਼ ਦਾ ਕੰਮ ਹੈ ਜਾਂ ਕੋਈ ਹੋਰ ਬੋਲਦਾ ਜਾਂ ਕੁਛ ਵੀ ਹੈ ਉਹਨੂੰ ਸੁਣਨਾ ਨਾ ਛੱਡੋ, ਕੋਈ ਅਲਰਟ ਰਹੋ। ਆਪਦਾ ਕੋਈ ਅਜਨਬੀ ਬੰਦੇ ਦਿਸਦੇ ਨੇ, ਕੋਈ ਸ਼ੱਕੀ ਬੰਦੇ ਲੱਗਦੇ ਨੇ, ਕੋਈ ਬਾਹਰਲੇ ਬੰਦੇ ਲੱਗਦੇ ਨੇ, ਉਹਨਾਂ ਦੇ ਗਤੀਵਿਧੀਆਂ ਨਜ਼ਰ ਰੱਖੋ ਅਤੇ ਨਾਲ ਉਹਨਾਂ ਕੋਲ ਜਿਹੜਾ ਵਹੀਕਲ ਹੈ ਚਾਹੇ ਕੋਈ ਬਾਈਕ ਹੈ ਉਹਦਾ ਨੰਬਰ ਜ਼ਰੂਰ ਨੋਟ ਕਰ ਲਿਆ ਕਰੋ। ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਹ ਅਪੀਲ ਹੈ ਵੀ CCTV ਕੈਮਰੇ ਦੁਕਾਨਦਾਰਾਂ ਨੂੰ ਵੀ, ਹੋਰ ਇੰਡਸਟਰੀ ਵਾਲਿਆਂ ਨੂੰ ਵੀ, ਸ਼ੈਲਰਾਂ ਨੂੰ ਵੀ, ਆੜ੍ਹਤੀਆਂ ਨੂੰ ਵੀ, ਜਿਊਲਰਸ ਨੂੰ ਵੀ, ਅਤੇ ਜਿੱਥੇ ਵੀ ਜਾਂ ਕੋਈ ਪੈਸੇ ਦਾ ਲੈਣ ਦੇਣਾ ਹੈ, ਅਤੇ ਇੱਥੇ ਤੱਕ ਕਿ ਜਿੱਥੇ ਜਿਹੜੇ ਘਰਾਂ 'ਚ ਵੀ ਵੈਸੇ ਕਾਫੀ ਲੱਗ ਚੁੱਕੇ ਨੇ ਵੀ ਘਰਾਂ ਦੇ ਬਾਹਰ ਵੀ ਅਤੇ ਜਿੱਥੇ ਸੜਕ ਕਵਰ ਹੁੰਦੀ ਹੈ ਉੱਥੇ ਵੀ ਕੈਮਰੇ ਲਗਾਏ ਜਾਣ। ਸੱਚ ਤੇ ਪੈਰਾ TV ਲਈ ਸਤਪਾਲ ਗਰਗ ਦੀ ਰਿਪੋਰਟ।